परम सत्कार जो गुरु प्यारी साध संगत जी आप धन धन सतगुरु गुरु ग्रंथ साहब महाराज जी की हजूरी अंदर सजे हुए दीवानावत सतसंगत के रूप में सुशोभित होके अपने जीवन के पलों सुहावना कीमती बना रहे हो। सतगुरु महाराज कृपा कर आओ सब तो पहले आप फतेह की सांझ पाइए। कलगी पातशाह गुरु गोबिंद सिंह महाराज जी ने यह आप महान दात बख्शिश की है जिस में दो बारी वाहिगुरु शब्द आता जब मनुख वाहिगुरु का सिमरन करता तो मनुख को एक आनंद मिलता एक रस मिलता एक मिठास मिलती है एक सुकून मिलता। सो आओ आप सब तो पहला प्यार फतेह के नारे बुलंद करना करिए गज बज के आखो जी वाहेगुरु जी का खालसा वाहेगुरु जी की फतेह। सब तो पहला मैं अपने वालों अते अपने ढाडी जत्थे वालों आप सारी संगतां नूं नानक शाही वरा जो अज तो आरंभ होया है उस वरे दी लख लख वार बधाई पेश करा मुबारकबाद मुबारकबाद मुबारकबाद। अकाल पुरख वाहेगुरु की रजा अंदर जो पिछला समा बीतिया हुण आपां गुरु महाराज के चरणों में अरदास करन वास्ते जुड़े सच्चे पातशाह आने वाला समा समुची मुक्त वास्ते पूरी मानवता वास्ते पूरी नुकाई वास्ते सुखा भरिया होवे तंदुरुस्ती भरिया होवे खुशियां भरिया होवे खेड़िया भरिया होवे अते आनंदमई होवे क्योंकि गुरु दा सिख ते हमेशा ही पूरी दुनिया का सर्वत का भला मंगता। अरदास करके कहता कि नानक नाम चढ़ती कला तेरे भाने सर्वत का भला। मेरे तो पहला भाई साहब जी होना ने आप जी नानक शाही बड़े बाबत विचार साझी की है। मैं आप जी होले महले संबंधी विचार साझी करांगा क्योंकि यह भी साडा एक महान इतिहासक दिहाड़ा है जिदे विचार करनी बड़ी जरूरी है। अजकल ही पूरी सिख कौम मना के हटी है होला महला सिख धर्म का एक अहम पवित्र दिहाड़ा मनिया जाता है। होला फारसी भाषा का शब्द है जिसका अर्थ है हमला ते महला अरबी भाषा का शब्द है जिसका अर्थ है ते जाए हमला। ਇਹ ਇੱਕ ਰਣਨੀਤੀ ਦੀ ਹੈ ਭਾਵ ਕਿ ਹੋਲਾ ਮਹੱਲਾ ਇਹਦੇ ਅਰਥ ਵੜਦੇ ਨੇ ਕਿ ਹਮਲਾ ਕਦੋਂ ਕਰਨਾ ਕਿਹੜੇ ਟਾਈਮ ਕਰਨਾ ਅਤੇ ਕਿੱਥੇ ਕਰਨਾ। ਜਿਹੜੀ ਜਗ੍ਹਾ 'ਤੇ ਹਮਲਾ ਕਰਕੇ ਫਤਿਹ ਪ੍ਰਾਪਤ ਹੁੰਦੀ ਹੋਵੇ ਜਿਹੜੀ ਜਗ੍ਹਾ 'ਤੇ ਖਲੋ ਕੇ ਜੰਗ ਲੜੀ ਜਾਵੇ ਉਸ ਜਗ੍ਹਾ ਦੀ ਚੋਣ ਕਰਨੀ ਉਸ ਰਣਨੀਤੀ ਨੂੰ ਸਮਝਣਾ ਇਹ ਹੋਲਾ ਮਹੱਲਾ ਕਲਗੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਦੀ ਧਰਤੀ ਤੇ ਆਰੰਭ ਕੀਤਾ ਸੀ। ਭਾਵੇਂ ਸਨਾਤਨ ਧਰਮ ਚ ਹੋਲੀ ਆਖਿਆ ਜਾਂਦਾ ਹੋਲੀ ਹੋਰ ਹੋਰ ਕਾ ਇਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨੇ ਜਿਹੜੇ ਕਿ ਪ੍ਰਹਿਲਾਦ ਅਤੇ ਹੋਲਕਾ ਦੇ ਨਾਲ ਸੰਬੰਧਿਤ ਰੱਖਦੇ ਨੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਵਾਂਗਾ। ਅੱਜ ਭਾਰਤ ਦੀ ਧਰਤੀ ਤੇ ਹੋਲੀ ਮਨਾਈ ਜਾਂਦੀ ਹੈ ਇੱਕ ਦੂਜੇ ਉੱਪਰ ਗੰਦ ਸੁੱਟਿਆ ਜਾਂਦਾ ਗੰਦਲਾ ਪਾਣੀ ਗਾਰਾ ਮਿੱਟੀ ਅਜਿਹਾ ਕੁਝ ਸਿੱਟ ਕੇ ਕੱਚੇ ਰੰਗ ਸਿੱਟ ਕੇ ਹੋਲੀ ਮਨਾਈ ਜਾਂਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੋ ਗੁਰਮਤ ਮੁਤਾਬਕ ਦੱਸੀ ਗਈ ਹੈ ਕਿ ਗੁਰੂ ਦੇ ਸਿੱਖ ਨੇ ਕਿਹੜੀ ਹੋਲੀ ਖੇਡਣੀ ਹੈ ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅੱਤ ਲਾਲ ਦੇ ਕਿ ਉਸ ਪਰਮਾਤਮਾ ਦਾ ਸਿਮਰਨ ਕਰਕੇ ਸੇਵਾ ਕਰਕੇ ਜਦੋਂ ਮਨੁੱਖ ਦੇ ਮਨ ਨੂੰ ਇੱਕ ਰੰਗ ਚੜ ਜਾਂਦਾ ਤੇ ਉਹ ਰੰਗ ਐਸਾ ਉਹ ਰੰਗ ਕਦੇ ਵੀ ਨਹੀਂ ਲੈਂਦਾ। ਕਲਗੀ ਪਾਤਸ਼ਾਹ ਨੇ ਇੱਕ ਹੋਰ ਪਕਿਆਈ ਕਰ ਦਿੱਤੀ ਸਿੱਖ ਧਰਮ ਦੇ ਵਿੱਚ ਕਿ ਸ਼ਸਤਰ ਕੇ ਅਧੀਨ ਹੈ ਰਾਜ ਸ਼ਸਤਰਧਾਰੀ ਹੋਣਾ ਸਿੱਖ ਵਾਸਤੇ ਜ਼ਰੂਰੀ ਕਰ ਦਿੱਤਾ। ਬ੍ਰਾਹਮਣੀ ਮੰਤ ਨੇ ਸ਼ੂਦਰਾਂ ਨੂੰ ਸ਼ਸਤਰਾਂ ਤੋਂ ਦੂਰ ਰੱਖਿਆ ਕਹਿੰਦਾ ਤੁਸੀਂ ਸ਼ਸਤਰ ਪਹਿਨਣ ਦਾ ਕੀ ਚਲਾਉਣੇ ਦਾ ਕੀ ਤੁਸੀਂ ਦੇਖ ਤੱਕ ਨਹੀਂ ਸਕਦੇ। ਸਾਡੇ ਗੁਰੂ ਸਾਹਿਬਾਨਾਂ ਨੇ ਉਹਨਾਂ ਗਰੀਬ ਲੋਕਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਉਹਨਾਂ ਨੂੰ ਮਹਾਨ ਯੋਧਾ ਸੂਰਮੇ ਬਣਾ ਦਿੱਤਾ ਉਹਨਾਂ ਨੂੰ ਬਹਾਦਰ ਬਲੀ ਬਣਾ ਦਿੱਤਾ।
ਜਿਨ੍ਹਾਂ ਨੇ ਜੰਗਾਂ ਜੁੰਗਾਂ ਦੇ ਵਿੱਚ ਅਜਿਹੇ ਕਰਤੱਵ ਦਿਖਾਏ, ਉਹਨਾਂ ਨੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂੜਾ ਉਤਾਰ ਦਿੱਤਾ। ਜਿਹੜੀ ਗੱਲ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਸੀ ਕਿ ਹਮ ਤਾਂ ਤੋਲਣ ਜਾਤ ਤਕੜੀ ਨੰਗੀ ਕਰ ਕਬੂ ਨਹੀਂ ਪਕੜੀ, ਚਿੜੀ ਉੜੀ ਤੇ ਹਮ ਨਾ ਚਾਹੇ ਦੁੱਖ ਸੇ ਕੈਸੇ ਧੜ ਪਾਏ, ਪਰ ਵੀ ਤਰਪਾਸ਼ਾ ਨੇ ਉਹਨਾਂ ਕਮਜ਼ੋਰ ਲੋਕਾਂ ਦੇ ਮਨ ਨੂੰ ਬਲਵਾਨ ਬਣਾਇਆ, ਉਹਨਾਂ ਦੇ ਮਨ ਨੂੰ ਤਕੜਾ ਕੀਤਾ, ਜਿੱਥੇ ਉਹਨਾਂ ਦੇ ਸਰੀਰ ਤੰਦਰੁਸਤ ਕੀਤੇ ਤੇ ਉੱਥੇ ਉਹਨਾਂ ਦੇ ਮਨ ਵੀ ਤੰਦਰੁਸਤ ਕੀਤੇ। ਇੱਕ ਅਜਿਹੀ ਜੁੱਤ ਅਤੇ ਦਲੇਰੀ ਭਰ ਦਿੱਤੀ ਅਨੰਦਪੁਰ ਦੀ ਧਰਤੀ ਤੇ। ਕਰਕੇ ਤਰਪਾਸ਼ਾ ਨੇ ਆਪਣੇ ਸਿੰਘਾਂ ਦੀਆਂ ਦੋ ਟੋਲੀਆਂ ਬਣਾ ਕੇ ਜੰਗ ਕਰਵਾਉਣੀ, ਜਿਸ ਦਲ ਨੇ ਜਿਸ ਧਿਰ ਨੇ ਵਧੀਆ ਟੋਲ ਦਿਖਾਉਣੇ ਜਾਂ ਫਤਿਹ ਪ੍ਰਾਪਤ ਕਰ ਲੈਣੀ, ਉਸ ਨੂੰ ਗੁਰੂ ਪਾਤਸ਼ਾਹ ਆਪ ਇਨਾਮ ਦਿੰਦੇ ਸਨ ਤੇ ਸਰੂਪੇ ਦੀ ਬਖਸ਼ਿਸ਼ ਕੀਤੇ ਕਰਦੇ ਸਨ। ਅਨੰਦਪੁਰ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਪੰਜ ਕਿਲੇ ਬਣਾਏ ਸਨ, ਕੇਸਗੜ੍ਹ, ਆਨੰਦਗੜ੍ਹ, ਫਤਿਹਗੜ੍ਹ, ਲੋਹਗੜ੍ਹ ਤੇ ਹੋਰਗੜ੍ਹ। ਹੋਰਗੜ੍ਹ ਤੱਕ ਇਹ ਹੋਲਾ ਮਹੱਲਾ ਜਾਂਦਾ ਸੀ, ਸਾਰੇ ਸਿੰਘ ਹਥਿਆਰ ਸਜਾ ਕੇ ਨਗਾਰੇ ਵਜਾ ਕੇ ਉਸ ਮੈਦਾਨ ਦੇ ਵਿੱਚ ਕਰਤੱਵ ਦਿਖਾਉਂਦੇ ਸਨ। ਗੁਰੂ ਮਹਾਰਾਜ ਨੇ ਇਹ ਪੱਕੇ ਤੌਰ ਤੇ ਕਰ ਦਿੱਤਾ ਕਿ ਜਿਹੜੀ ਸ਼ਸਤਰਾਂ ਦੀ ਵਿਦਿਆ ਦੀ ਸੰਭਾਲ ਕਰਨੀ ਹੈ, ਸ਼ਸਤਰ ਵਿਦਿਆ ਦੀ ਪ੍ਰੈਕਟਿਸ ਕਰਨੀ ਆ, ਅਭਿਆਸ ਕਰਨੀ ਹੈ, ਇਹ ਪੱਕੇ ਤੌਰ ਤੇ ਲਾਜ਼ਮੀ ਕਰ ਦਿੱਤਾ। ਇੱਥੋਂ ਤੱਕ ਕਹਿ ਦਿੱਤਾ ਕਿ ਸ਼ਸਤਰਾਂ ਨੂੰ ਕਦੇ ਵੀ ਨਹੀਂ ਭੁੱਲਣਾ। ਜੇ ਅਸੀਂ ਕੋਈ ਧਾਰਮਿਕ ਕਾਰਜ ਕਰਦੇ ਹਾਂ ਉਹਦਾ ਗੁਰੂ ਘਰ ਵਿੱਚ ਗੁਰੂ ਮਹਾਰਾਜ ਚਰਨਾਂ ਵਿੱਚ ਕਿਹੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਜਾਂਦੀ ਹੈ, ਤੇ ਉਹਨੂੰ ਵੀ ਉਹ ਜਿਹੜੀ ਦੇਖ ਸਕਣੀ ਹੈ ਤਾਂ ਗੁਰੂ ਘਰ ਲੰਗਰ ਛਕਣਾ, ਉਹ ਵੀ ਕਿਰਪਾਨ ਭੇਟ ਕੀਤੀ ਮੇਰਾ ਨਹੀਂ ਛਕਣਾ। ਅਸੀਂ ਕੇਵਲ ਦੇਖਣ ਨੂੰ ਨਹੀਂ ਰਹਿ ਜਾਣਾ, ਅਸੀਂ ਸ਼ਸਤਰਾਂ ਨੂੰ ਪੂਰਾ ਯਾਦ ਰੱਖਣਾ। ਜਦੋਂ ਕਿਰਪਾਨ ਭੇਟ ਹੁੰਦੀ ਹੈ ਤੇ ਫਿਰ ਦੇਖ ਕਿਹੜਾ ਪ੍ਰਸ਼ਾਦ ਛਕਿਆ ਜਾਂਦਾ, ਫਿਰ ਗੁਰੂ ਘਰ ਲੰਗਰ ਛਕਿਆ ਜਾਂਦਾ, ਕਿਉਂਕਿ ਦੇਖ ਦੇਖ ਫਤਿਹ ਇਸ ਸਿਧਾਂਤ ਨੂੰ ਵੀ ਆਪਣੇ ਬਰਕਰਾਰ ਰੱਖਣਾ। ਸੋ ਆਓ, ਗੁਰੂ ਮਹਾਰਾਜ ਜੀ ਨੇ ਜਿਹੜਾ ਹੋਲਾ ਮਹੱਲਾ ਆਰੰਭ ਕੀਤਾ ਉਹਦਾ ਨਜ਼ਾਰਾ ਵੀ ਵੇਖਣ ਯੋਗ ਹੋਇਆ ਕਰਦਾ। ਇਹ ਵੀ ਹਕੂਮਤ ਨੂੰ ਇੱਕ ਮੰਗਾਰ ਸੀ, ਜਦੋਂ ਹਕੂਮਤ ਨੇ ਆਖਿਆ ਸੀ ਕਿ ਕੋਈ ਘੋੜ ਸਵਾਰੀ ਨਾ ਕਰੇ, ਕੋਈ ਹਾਥੀ ਦੀ ਸਵਾਰੀ ਨਾ ਕਰੇ, ਕੋਈ ਪਾਰ ਕਿਤੇ ਨਾ ਚੜੇ, ਕੋਈ ਹਥਿਆਰ ਨਾ ਚੁੱਕੇ, ਕਲਗੀ ਤਰਪਾਸ਼ ਨੇ ਅਜਿਹਾ ਕਰਕੇ ਉਸ ਹਕੂਮਤ ਨੂੰ ਵੀ ਮੰਗਾਰਿਆ। ਕਵੀ ਨਿਹਾਲ ਸਿੰਘ ਬੜੇ ਮਹਾਨ ਕਵੀ ਹੋਏ ਨੇ, ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਨੇ, ਉਹ ਮਹਾਨ ਕੋਸ਼ ਦੇ ਵਿੱਚ ਭਾਈ ਕਰਨ ਸਿੰਘ ਨਾਭਾ ਨੇ ਦਰਜ ਕੀਤੀਆਂ ਨੇ। ਕਵੀ ਨਿਹਾਲ ਸਿੰਘ ਜੀ ਕਹਿੰਦੇ ਨੇ, ਬਰਸ਼ਾ ਢਾਲ ਕਟਾਰਾ ਤੇਗਾ, ਕਰਸ਼ਾ ਤੇਗਾ ਕੋਲਾ ਹੈ, ਸ਼ਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦਾਨਾ ਟੋਲਾ ਹੈ, ਸੁਪੱਟ ਸੁਚਾਲਾ ਅਰ ਲਖ ਬਾਹਾਂ, ਕਲਗਾ ਸਿੰਘ ਸਚੋਲਾ ਹੈ, ਅਪਰ ਮੁਸ਼ਾਰਾ ਦਾੜਾ ਜੈਸੇ ਤੈਸੇ ਬੋਲਾ ਬੋਲਾ ਹੈ। ਸੋ ਗੁਰੂ ਪਿਆਰਿਓ, ਇਹ ਅਣਖ ਦਾ ਪ੍ਰਤੀਕ ਹੈ ਹੋਲਾ ਮਹੱਲਾ, ਇਹ ਗੈਰਤ ਦਾ ਪ੍ਰਤੀਕ ਹੈ ਹੋਲਾ ਮਹੱਲਾ, ਕਿਉਂਕਿ ਮਾਨਵਤਾ ਦੇ ਦਿਲ ਦੇ ਵਿੱਚ ਇੱਕ ਅਣਖ ਤੇ ਗੈਰਤ ਭਰਨੀ, ਇਹ ਗੁਰੂ ਮਹਾਰਾਜ ਜੀ ਨੇ ਇਸ ਗੱਲ ਨੂੰ ਮੁੱਖ ਰੱਖਿਆ। ਜਦੋਂ ਛੇਵੇਂ ਪਾਤਸ਼ਾਹ ਜੀ ਨੇ ਗੁਰਗੱਦੀ ਦਿੱਤੀ ਗੁਰੂ ਹਰਿਰਾਏ ਸਾਹਿਬ ਨੂੰ, ਉਹਦੇ ਨਾਲ ਇਹ ਤਕੀਰ ਕੀਤੀ ਕਿ 2200 ਘੋੜ ਸਵਾਰ ਰੱਖਣੇ ਨੇ, ਸ਼ਸਤਰਧਾਰੀ ਸਿੱਖ ਰੱਖਣੇ ਨੇ। ਇਹਦਾ ਮਤਲਬ ਇਹ ਹੋਇਆ ਕਿ ਜੇ ਸ਼ਸਤਰਧਾਰੀ ਸਿੱਖ ਰੱਖਣੇ ਨੇ ਤੇ ਉਦੋਂ ਉਹਨਾਂ ਦਾ ਅਭਿਆਸ ਕਰਨਾ ਵੀ ਜ਼ਰੂਰੀ ਹੈ। ਭਾਵੇਂ ਉਹਨਾਂ ਨੇ ਜੰਗ ਕੋਈ ਨਹੀਂ ਲੜੀ ਸਤਵੇਂ ਪਾਤਸ਼ਾਹ ਨੇ, ਪਰ ਉਹਨਾਂ ਨੇ ਅਭਿਆਸ ਜੰਗੀ ਕਰਤਾ ਸ਼ਸਤਰ ਵਿਦਿਆ ਦਾ ਅਭਿਆਸ ਸਿੱਖਾਂ ਨੂੰ ਜ਼ਰੂਰ ਕਰਾਇਆ। ਦੋ ਦੇਸ਼ ਭਾਵੇਂ ਹਰ ਵਕਤ ਨਹੀਂ ਲੜਦੇ, ਦੇਸ਼ਾਂ ਦੀ ਜੰਗ ਨਹੀਂ ਹੁੰਦੀ, ਪਰ ਉਹਨਾਂ ਦੇਸ਼ਾਂ ਦੀਆਂ ਫੌਜਾਂ ਹਮੇਸ਼ਾ ਟ੍ਰੇਨ ਕਰਦੀਆਂ ਰਹਿੰਦੀਆਂ ਨੇ, ਸ਼ਸਤਰ ਅਭਿਆਸ ਕਰਦੀਆਂ ਰਹਿੰਦੀਆਂ ਨੇ, ਤੇ ਉਹ ਜਿਹੜੀ ਨਕਲੀ ਜੰਗ ਦੀ ਸਿਖਲਾਈ ਹੁੰਦੀ ਹੈ, ਨਕਲੀ ਜੰਗ ਕੀਤੇ ਜਾਂਦੇ ਨੇ ਦੋ ਧਿਰਾਂ ਬਣਾ ਕੇ, ਤੇ ਉਹੀ ਫਿਰ ਅਸਲੀ ਜੰਗ ਦਾ ਆਧਾਰ ਹੋਇਆ ਕਰਦਾ। ਜੇ ਅਭਿਆਸ ਹੀ ਨਹੀਂ ਕੀਤਾ ਤੇ ਅਸਲੀ ਜੰਗ ਕਿਵੇਂ ਜਿੱਤੇ ਜਾ ਸਕਦੀ ਹੈ। ਆਹ ਫਿਰ ਹੋਲੇ ਮਹੱਲੇ ਦੇ ਸੰਬੰਧ ਵਿੱਚ ਬੜੀ ਚੜ੍ਹਦੀ ਕਲਾ ਦੀ ਕਵਿਤਾ, ਕਵਿਤਾ ਦਾ ਕੱਲਾ ਕੱਲਾ ਤੁਸੀਂ ਸ਼ਬਦ ਸਰਵ ਕਰੋਗੇ। ਆਓ, ਇਸ ਹੋਲੇ ਮਹੱਲੇ ਦਾ ਵਰਣਨ ਕਰਦੀ ਹੋਈ ਇੱਕ ਕਵਿਤਾ, ਢਾਡੀ ਗੁਰਪ੍ਰੀਤ ਸਿੰਘ ਗੁਰਸ਼ਨ, ਸੰਗੀ ਮਾਸਟਰ ਇੰਦਰਜੀਤ ਸਿੰਘ ਗੁਰਸ਼ਨ, ਢਾਡੀ ਰਾਜਿੰਦਰ ਸਿੰਘ ਰੋਸ਼ਨ, ਬਲਜਾਤ ਸਿੰਘ ਗੁਰਸ਼ਨ, ਪਿੰਡ ਚੰਗਣਾ, ਮੁੱਲਾਪੁਰ ਦਾ ਖਜ਼ਾਨਾ, ਲੁਧਿਆਣੇ ਵਾਲਾ
ਸਾਹਿਬ।